ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਥਾਣਾ ਸਰਹਾਲੀ ਦੇ ਪਿੰਡ ਠੱਠੀਆਂ ਮਹੰਤਾਂ ਵਿਖੇ ਐਕਸਿਸ ਬੈਂਕ ਵਿੱਚੋਂ ਤਿੰਨ ਦਿਹਾੜੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ 7,50,000 ਦੀ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇੱਕ ਵਿਅਕਤੀ ਬੈਂਕ ਅੰਦਰ ਗਾਹਕ ਬਣ ਕੇ ਦਾਖਲ ਹੋਇਆ ਅਤੇ ਕੁਝ ਦੇਰ ਬਾਅਦ ਬਾਕੀ ਲੁਟੇਰੇ ਵੀ ਬੈਂਕ ਵਿੱਚ ਦਾਖਲ ਹੋ ਗਏ ਅਤੇ ਕੈਸ਼ੀਅਰ ਨੂੰ ਪੈਸੇ ਦੇਣ ਲਈ ਕਿਹਾ ਗਿਆ, ਜਿਸ ਦੇ ਬਾਅਦ ਉਹ ਬੈਂਕ ਕਾਊਂਟਰ ਤੇ ਪਏ ਕਰੀਬ 7,50,000 ਲੁੱਟ ਕੇ ਫਰਾਰ ਹੋ ਗਏ। ਇਸ ਬਾਰੇ ਬੈਂਕ ਗਾਰਡ ਨਿਸ਼ਾਨ ਸਿੰਘ ਨੇ ਕਿਹਾ ਕਿ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਪੈਸਿਆਂ ਦੀ ਮੰਗ ਕੀਤੀ ਅਤੇ ਬੈਂਕ ਕਾਊਂਟਰ ਤੇ ਪਏ 7,50,000 ਲੁੱਟ ਕੇ ਫਰਾਰ ਹੋ ਗਏ ਤੇ ਲੁਟੇਰਿਆਂ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ, ਪਰ ਉਹ ਕੈਮਰਿਆਂ ਦਾ DVR ਵੀ ਆਪਣੇ ਨਾਲ ਲੈ ਗਏ। ਸਰ, ਮੈਂ ਡਿਊਟੀ 'ਤੇ ਸੀ ਅੰਦਰ ਅਤੇ ਪਹਿਲਾਂ ਇੱਕ ਲੜਕਾ ਕਸਟਮਰ ਬਣ ਕੇ ਆਇਆ ਅੰਦਰ, ਉਹਨੇ ਫੇਸ ਕਵਰ ਨਹੀਂ ਕੀਤਾ ਅਤੇ ਇੱਕ ਦੂਸਰਾ ਲੜਕਾ ਮਗਰ ਆ ਰਹੀ ਹੈ ਅਤੇ ਉਹਨੇ ਫੇਸ 'ਤੇ ਮਫਲਰ ਇੱਦਾਂ ਲਾਇਆ, ਠੀਕ ਹੈ ਲਾਇਆ ਇਹ, ਅਤੇ ਉਹਨਾਂ ਨੂੰ ਮੈਂ ਕਿਹਾ ਵੀ ਭਾਅ ਜੀ ਇਹਨੂੰ ਥੋੜ੍ਹਾ ਹਟਾਓ, ਠੀਕ ਹੈ, ਅਤੇ ਉਹਨਾਂ ਨੇ ਨਹੀਂ ਹਟਾਇਆ, ਠੀਕ ਹੈ। ਬਾਅਦ 'ਚੋਂ ਉਹਨੇ ਜਿਹੜਾ ਪਿੱਛੇ ਵਾਲਾ ਪਹਿਲਾ ਕਸਟਮਰ ਗਿਆ ਸੀ ਉਹਨੇ ਮੈਨੂੰ ਪਿੱਛੋਂ ਖਿੱਚ ਲਿਆ, ਮਗਰ ਹੀ 3 ਲੜਕੇ ਹੋਰ ਅੰਦਰ ਆ ਗਏ, ਠੀਕ ਹੈ, ਅਤੇ ਉਹਨਾਂ ਨੇ ਰਿਵਾਲਵਰ ਕੱਢ ਲਏ ਸੀ ਅਤੇ ਜਿਹੜਾ ਪਹਿਲਾਂ ਗਿਆ ਸੀ ਉਹਨੇ ਸਾਰਾ ਅੰਜਾਮ ਕੀਤਾ। ਹਾਂਜੀ, ਕੈਸ਼ ਕੈਸ਼ੀਅਰ ਮੈਡਮ ਦੱਸ ਰਿਹਾ ਹੈ ਕਿ 7,50,000 ਰੁਪਇਆ ਨੇ। ਹਾਂਜੀ, ਉਹਨਾਂ ਦੇ ਜਿਹੜੇ ਅੰਦਰ ਆਏ ਉਹ ਤਾਂ 4 ਸੀ ਅਤੇ ਮਤਲਬ ਜਿਹੜੇ ਬਾਹਰ ਦੱਸ ਰਹੇ ਲੋਕ ਵੀ ਇੱਕ ਗੱਡੀ 'ਚ ਵੀ ਹੈਗਾ ਸੀ, ਮਤਲਬ ਜਿਹੜੇ ਬੈਠ ਕੇ ਗਿਆ। ਇਸ ਮੌਕੇ ਬੈਂਕ ਮੈਨੇਜਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਬੈਂਕ ਵਿੱਚ ਦਾਖਲ ਹੋਏ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਬੈਂਕ ਮੁਲਾਜ਼ਮਾਂ ਨੂੰ ਡਰਾ ਕੇ ਇਹ ਰਾਸ਼ੀ ਲੁੱਟ ਲਈ। ਇਸ ਵਾਪਰੀ ਘਟਨਾ ਦੀ ਉਹਨਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸਰ, ਇਹ 2:15 ਦੇ ਵਿੱਚ ਹੋਈ ਘਟਨਾ ਜਿਹਦੇ 'ਚ ਵੀ 4-5 ਬੰਦੇ ਵੈਪਨ ਲੈ ਕੇ ਆਏ ਆ, ਉਹ ਅੰਦਰ ਜਾ ਕੇ ਮਤਲਬ ਰੋਬਰੀ ਕਰਕੇ ਚਲੇ ਗਏ ਆ, ਬਸ ਬਾਕੀ ਵੇਰੀਫਾਈ ਕਰ ਰਿਹਾ ਕੀ ਨੁਕਸਾਨ ਹੋਇਆ ਜੇ ਕੁਛ ਪਤਾ ਨਹੀਂ ਲੱਗਿਆ। ਹਾਲੇ ਕੁਛ ਨਹੀਂ, ਸੀਨੀਅਰ ਆ ਰਹੇ ਆ, ਉਹ ਸੀਨੀਅਰ ਦੇਖਣਗੇ ਆ ਕੇ ਐਂਟਰੀ ਵਗੈਰਾ ਪਾਉਣਗੇ, ਪਤਾ ਲੱਗੂਗਾ। ਸਾਰਿਆਂ ਕੋਲ ਵੈਪਨ ਸੀ, ਇਹ ਨਹੀਂ ਕੁਛ ਪਤਾ ਲੱਗ ਰਿਹਾ ਕਿਤੇ ਆਇਆ। ਮੌਕੇ ਤੇ ਪਹੁੰਚੇ SPD ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਲੁਟੇਰਿਆਂ ਨੇ ਬੈਂਕ ਵਿੱਚ ਹੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਫਰਾਰ ਹੋ ਗਏ। ਉਹਨਾਂ ਕਿਹਾ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਠੱਠੀਆਂ ਮਹੰਤਾ ਦੇ ਵਿੱਚ ਐਕਸਿਸ ਬੈਂਕ ਇੱਥੇ ਹੈ ਜਿੱਥੇ ਕੁਝ ਪੈਸੇ ਜਿਹੜੇ ਲੁੱਟ ਕੇ ਲੈ ਗਏ ਨੇ, ਉਹ ਅਸੀਂ ਪਰਚਾ ਦਰਜ ਕਰਤਾ ਹੈ ਅਤੇ ਅੱਗੇ ਤਫਤੀਸ਼ ਸਾਡੀ ਚੱਲ ਰਹੀ ਹੈ ਉਹਦੇ 'ਚ। ਅਜੇ ਬੈਂਕ ਵਾਲੇ ਆਪਣਾ ਚੈੱਕ ਕਰ ਰਹੇ ਨੇ, ਕੋਈ 5-6 ਲੱਖ ਦੇ ਕਰੀਬ ਜਿਹੜਾ ਦੱਸ ਰਹੇ ਨੇ, ਬਾਕੀ ਅਸੀਂ ਚੈੱਕ ਕਰ ਰਹੇ ਹਾਂ ਸਾਰੇ। ਨਹੀਂ, ਬੈਂਕ ਦੇ ਅੰਦਰੋਂ ਹੀ ਇੱਕ ਛੋਟੀ ਜਿਹੀ ਬ੍ਰਾਂਚ ਹੈਗੀ ਆ, ਜਸਟ 2 ਰੂਮ ਜਿੰਨੀ ਇਹ ਛੋਟੀ ਜਿਹੀ ਬ੍ਰਾਂਚ ਆ, ਮੇਨ ਰੋਡ ਦੇ ਬਿਲਕੁਲ ਲਾਗੇ, ਅਤੇ ਇਹ 4-5 ਦੇ ਕਰੀਬ ਜਿਹੜੇ ਵਿਅਕਤੀ ਦੱਸ ਰਹੇ ਨੇ ਕਿ ਹੁਣ ਤੱਕ ਆਇਆ, ਬਾਕੀ ਅਸੀਂ ਤਫਤੀਸ਼ ਚੈੱਕ ਕਰ ਰਹੇ ਹਾਂ, ਜੋ ਚੀਜ਼ ਸਾਹਮਣੇ ਆਏਗੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV, ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।